ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਇਆ ਬਰਿੰਦ ਸਾਹਿਬ, ਸਾਡੇ ਹਲਕਾ ਇੰਚਾਰਜ ਸਹਿਮਾਨ ਸਾਰੇ ਇੱਥੇ ਆਏ ਹੋਏ ਨੇ। ਕਹਿੰਦੀ ਪ੍ਰਧਾਨ ਜੀ ਠੀਕ ਸੀਗੇ ਮਹਾਰਾਜ, ਆ ਪੁਲਿਸ ਖੜੀ ਹੈ ਇਹਨਾਂ ਦੀ, ਸਭ ਤੋਂ ਵੱਡਾ ਦਾ ਜਿਹੜਾ ਇਹਨਾਂ ਨੇ ਪੰਜਾਬ ਦੇ ਲੋਕਾਂ 'ਤੇ ਬੋਝ ਪਾਇਆ। ਜਿਹੜੇ ਲੋਕ ਕਿ 3 ਰੁਪਈਏ ਯੂਨਿਟ ਉਹਨਾਂ ਦੀ ਬਿਜਲੀ ਬਿਲ ਆਉਂਦੀ ਹੈ, ਜਿਹੜੀ ਪਿਛਲੀ ਦੇਖੋ ਜੀ, ਪਿਛਲੇ 4-5 ਦਿਨ ਪਹਿਲਾਂ ਪੰਜਾਬ ਸਰਕਾਰ ਦੁਆਰਾ ਚੁੱਪ ਚੁਪੀਤੇ ਆਮ ਲੋਕਾਂ ਤੇ ਬਹੁਤ ਵੱਡਾ ਬੋਝ ਪਾ ਦਿੱਤਾ ਗਿਆ, ਜਿਵੇਂ ਕਿ PSPCL ਵੱਲੋਂ ਬਿਜਲੀ ਬੋਰਡ ਵੱਲੋਂ 3 ਰੁਪਏ ਪ੍ਰਤੀ ਯੂਨਿਟ ਆਮ ਲੋਕਾਂ ਤੇ ਬੋਝ ਪਾ ਦਿੱਤਾ ਗਿਆ, ਜਿਹੜਾ ਕਿ ਪਹਿਲਾਂ ਸਾਡੀ ਸਰਕਾਰ ਵੱਲੋਂ ਜਿਨ੍ਹਾਂ ਵਿਅਕਤੀਆਂ ਕੋਲੇ 7 ਕਿਲੋਵਾਟ ਦਾ ਤੱਕ ਦਾ ਲੋਡ ਸੀਗਾ ਉਹਨਾਂ ਨੂੰ ਅਸੀਂ ਸਬਸਿਡੀ ਦਿੱਤੀ ਸੀ 3 ਰੁਪਏ ਦੀ, ਉਹ ਹੁਣ ਇਹਨਾਂ ਨੇ ਚੱਕਤੀ, ਜਾਣੀ ਕਿ 80-85% ਜਿਹੜੇ ਲੋਕ ਨੇ ਉਹ 7 ਕਿਲੋਵਾਟ ਦੇ ਅੰਡਰ ਆਉਂਦੇ ਨੇ। ਸੋ ਆਮ ਲੋਕਾਂ ਤੇ ਤੁਹਾਡੇ ਤੇ ਮੇਰੇ ਤੇ ਹਰ ਵਿਅਕਤੀ ਤੇ 3 ਰੁਪਏ ਪ੍ਰਤੀ ਯੂਨਿਟ ਦਾ ਵਾਧੂ ਬੋਝ ਪਾ ਦਿੱਤਾ ਗਿਆ। ਇਵੇਂ ਪੈਟਰੋਲ ਡੀਜ਼ਲ ਦਾ ਵੈਟ ਵਧਾ ਦਿੱਤਾ ਗਿਆ, ਉਹ ਮਹਿੰਗਾ ਹੋ ਗਿਆ, ਇਵੇਂ ਬੱਸਾਂ ਦਾ ਜਿਹੜਾ ਕਿਰਾਇਆ ਮਹਿੰਗਾ ਹੋ ਕਰ ਦਿੱਤਾ ਗਿਆ। ਸੋ ਅੱਜ ਅਸੀਂ PSPCL ਦੇ ਬਾਹਰ ਹੈੱਡ ਆਫਿਸ ਜਿਹੜਾ ਪਟਿਆਲੇ ਹੈ, ਪੂਰੇ ਬਾਹਰ ਸਮੁੱਚੀ ਕਾਂਗਰਸ ਪਾਰਟੀ ਨੇ, ਧਰਮਵੀਰ ਗਾਂਧੀ ਸਾਹਿਬ, ਅਸੀਂ ਸਾਰੇ ਲੋਕਾਂ ਨੇ ਅੱਜ ਧਰਨਾ ਦਿੱਤਾ ਹੈ ਤਾਂ ਜੋ ਇਹ ਜਿਹੜਾ ਮਦਭਾਗਾ ਫੈਸਲਾ ਇਹਨੂੰ ਵਾਪਸ ਲਿਆ ਜਾਵੇ। ਇਹ ਕਾਲਾ ਜਿਹੜਾ ਕਾਨੂੰਨ ਬਣਾਇਆ ਹੈ, ਇਹ ਗਲਤ ਫੈਸਲਾ ਲਿਆ ਹੈ, ਔਰ ਇਹ ਬਿਜਲੀ ਦੀਆਂ ਦਰਾਂ 'ਚ ਜਿਹੜਾ ਵਾਧਾ ਕੀਤਾ ਇਹਨੂੰ ਵਾਪਸ ਲਿਆ ਜਾਵੇ। ਸੋ ਅੱਜ ਅਸੀਂ ਇੱਥੇ ਇਕੱਠੇ ਹੋ ਕੇ ਅੱਜ ਉਹ ਧਰਨਾ ਦੇਣ ਆਏ ਹੈ ਕਿ ਇਹ ਆਮ ਜਨਤਾ ਤੇ ਬੋਝ ਹੈ, ਆਮ ਜਨਤਾ ਦੀ ਗੱਲ ਹੈ, ਨਹੀਂ ਹੋਣੀ ਚਾਹੀਦੀ। ਮੈਮੋਰੈਂਡਮ ਇਹ ਗੁੰਗੀ ਬੈਰੀ ਸਰਕਾਰ ਨੂੰ ਕਰ ਰਿਹਾ ਮੈਮੋਰੈਂਡਮ ਦੇਣਾ, ਅਸੀਂ ਤੁਹਾਡੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਇਹ ਦੱਸਣਾ ਚਾਹੁੰਦੇ ਹਾਂ ਕਿ ਭਾਈ ਇਹ ਫੈਸਲਾ ਗਲਤ ਹੈ। ਤੁਸੀਂ ਕਿਹਾ ਸੀ ਵੀ ਅਸੀਂ ਆਮ ਜਨਤਾ ਦੇ ਬੋਝ ਨਹੀਂ ਪਾਵਾਂਗੇ, ਅੱਜ ਜਿਨ੍ਹਾਂ ਨੂੰ 600 ਯੂਨਿਟ ਬਿਜਲੀ ਫ੍ਰੀ ਆ, ਅਗਰ 1 ਯੂਨਿਟ ਵੀ ਉੱਪਰ ਹੋ ਗਿਆ ਤਾਂ ਉਹਨਾਂ ਨੂੰ ਵੀ ਇਸੇ ਮਹਿੰਗਾਈ ਦਾ, ਇਸੇ ਬਿਜਲੀ ਦੀਆਂ ਕੀਮਤਾਂ ਦਾ ਸਾਹਮਣਾ ਕਰਨਾ ਪੈਣਾ। ਸੋ ਇਸ ਕਰਕੇ ਅਸੀਂ ਮਿਡਲ ਕਲਾਸ ਲੋਕ ਜਿਹੜੇ ਵਿਚਾਰੇ ਟੈਕਸ ਭਰਦੇ ਹੈ, ਜਿਨ੍ਹਾਂ ਕਰਕੇ ਸਰਕਾਰਾਂ ਚੱਲਦੀਆਂ, ਉਹਨਾਂ ਤੇ ਲਾਏ ਗਏ ਇਸ ਟੈਕਸ ਦੀ ਪਾਏ ਬੋਝ ਦੀ ਅੱਜ ਨਿਖੇਧੀ ਕਰਦੇ ਹਾਂ ਔਰ ਸਰਕਾਰ ਦੀ ਨਿੰਦਾ ਕਰਦੇ ਹਾਂ। ਹਾਂਜੀ, ਪਰ ਕਿਲੋਮੀਟਰ ਇਹਨਾਂ ਨੇ ਪੈਸੇ ਵਧਾਏ ਹੈ, ਇਹਨਾਂ ਨੇ ਪੈਟਰੋਲ ਡੀਜ਼ਲ ਤੇ ਵੈਟ ਵੀ ਵਧਾਇਆ। ਸੋ ਇਹਨਾਂ ਨੇ ਕਿਉਂਕਿ 60,000 ਕਰੋੜ ਰੁਪਏ ਦਾ 2 ਸਾਲਾਂ 'ਚ ਇਹਨਾਂ ਨੇ ਕਰਜ਼ਾ ਲੈ ਲਿਆ ਸੀ, 30,000 ਕਰੋੜ ਰੁਪਏ ਦੀ ਇਸ ਵਾਰੀ ਬਜਟ 'ਚ ਤਜਵੀਜ਼ ਰੱਖੀ ਸੀ, ਜਾਣੀ ਕਿ 90,000 ਕਰੋੜ ਰੁਪਇਆ ਇਹ 3 ਸਾਲਾਂ 'ਚ ਕਰਜ਼ਾ ਲੈਣਾ ਚਾਹੁੰਦੇ ਹੈ। 10,000 ਰੁਪਇਆ ਜਿਹੜਾ 10,000 ਕਰੋੜ ਰੁਪਇਆ ਇਹਨਾਂ ਨੇ ਸੈਂਟਰ ਨੂੰ ਚਿੱਠੀ ਲਿਖੀ ਹੈ ਕਿ ਸਾਨੂੰ 30,000 ਕਰੋੜ ਜਿਹੜਾ ਤੁਸੀਂ ਦਿੰਦੇ ਸੀ ਸਾਨੂੰ ਲਿਮਿਟ ਵਧਾਈ ਜਾਵੇ, 10,000 ਕਰੋੜ ਦਾ ਸਾਨੂੰ ਹੋਰ ਖਰਚਾ ਚਾਹੀਦਾ। ਸੋ ਕਹਿਣ ਦਾ ਮਤਲਬ ਫਾਈਨੈਂਸ਼ੀਅਲੀ ਐਮਰਜੈਂਸੀ ਅੱਜ ਪੰਜਾਬ ਦੇ ਵਿੱਚ ਇਸ ਸਰਕਾਰ ਨੇ ਲਾ ਦਿੱਤੀ ਹੈ। ਜਿਹੜੀ ਸਰਕਾਰ ਇਹ ਕਹਿੰਦੀ ਸੀ ਕਿ 20,000 ਕਰੋੜ ਰੁਪਇਆ ਤਾਂ ਅਸੀਂ ਰੇਤੇ ਚੋਂ ਲਿਆਵਾਂਗੇ ਤੇ 20-25,000 ਕਰੋੜ ਰੁਪਇਆ ਪੰਜਾਬ ਦੇ ਬਜਟ ਚੋਂ ਅਸੀਂ ਬਚਾ ਲਿਆ ਕਰਾਂਗੇ। ਸੋ ਅੱਜ ਆ ਹਾਲਾਤ ਆ ਉਸ ਸਰਕਾਰ।
ਮੈਨੂੰ ਲੱਗਦਾ ਕੋਈ ਐਸਾ ਵਿਅਕਤੀ ਜਾਂ ਕੋਈ ਐਸੀ ਆਰਗੇਨਾਈਜੇਸ਼ਨ ਨਹੀਂ ਜਿਹੜੀ ਇਸ ਰਾਜ ਦੇ ਵਿੱਚ ਹੜਤਾਲ ਨਹੀਂ ਕਰਨੀ, ਚਾਹੇ ਉਹ ਟੀਚਰ ਹੈ, ਚਾਹੇ ਉਹ ਕਿਸਾਨ ਹੈ, ਚਾਹੇ ਉਹ ਮੁਲਾਜ਼ਮ ਹੈ, ਚਾਹੇ ਉਹ ਬਿਜਲੀ ਬੋਰਡ ਦੇ ਕਾਮੇ ਨੇ, ਚਾਹੇ ਉਹ ਡਾਕਟਰਸ ਨੇ, ਹਰ ਵਿਅਕਤੀ ਇਹਨਾਂ ਤੋਂ ਦੁਖੀ ਹੈ ਕਿਉਂਕਿ ਕਿਸੇ ਪ੍ਰਕਾਰ ਦੀ ਕੋਈ ਐਡਮਿਨਿਸਟ੍ਰੇਸ਼ਨ ਮੁੱਖ ਮੰਤਰੀ ਪੰਜਾਬ ਦੀ ਨਹੀਂ।